ਜਿੱਥੇ ਪੰਜਾਬ ਸਰਕਾਰ ਨੇ ਗਰੀਬਾਂ ਦੀ ਚੁੰਗੀ ਠੇਕਾ ਪੂਰਨ ਰੂਪ ਵਿੱਚ ਲੈਣਾ ਬੰਦ ਕਰ ਦਿੱਤਾ ਸੀ, ਉੱਥੇ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਇੱਕ ਬਾਬੇ ਦੇ ਨਾਮ ਦਾ ਸਹਾਰਾ ਲਏ ਮੋਗਾ ਜ਼ਿਲ੍ਹੇ ਦੇ ਪਿੰਡ ਧੱਲੇਕੇ 'ਚ ਕਾਂਗਰਸ ਦੇ ਸੀਨੀਅਰ ਆਗੂ, ਆਪਣੇ ਆਪ ਨੂੰ ਗਰੀਬਾਂ ਦਾ ਮਸੀਹਾ ਲਈ ਥਾਂ ਥਾਂ ਬੋਲ ਲਾਉਣ ਵਾਲਾ ਅਤੇ ਕਾਂਗਰਸ ਦੀ ਮਹਿਲਾ ਜ਼ਿਲ੍ਹਾ ਪ੍ਰਧਾਨ ਬੀਰਪਾਲ ਕੌਰ ਜੌਹਲ ਦਾ ਪਤੀ ਥਾਣਾ ਸਿੰਘ ਜੌਹਲ ਪਿੰਡ ਵਿੱਚ ਸਬਜ਼ੀ ਜਾਂ ਮੰਜੇ ਬੂਟੇ ਆਦਿ ਵੇਚਣ ਵਾਲਿਆਂ ਦੀ 1100 ਤੋਂ ਲੈ ਕੇ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਮੈਂਬਰ ਪੰਚਾਇਤ ਸੁਰੈਣ ਸਿੰਘ ਨੇ ਦੱਸਿਆ ਕਿ ਇਸ ਗੱਲ ਨੇ ਉਸ ਸਮੇਂ ਖੂਨੀ ਰੂਪ ਧਾਰਨ ਕਰ ਲਿਆ ਜਦੋਂ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀ ਇਸ ਗੁੰਡਾ ਪਰਚੀ ਦੇ ਵਿਰੋਧ ਵਿੱਚ ਥਾਣਾ ਸਿੰਘ ਜੌਹਲ ਨੂੰ ਸਮਝਾਉਣ ਉਸਦੇ ਕੋਲ ਗਏ। ਪਿੰਡ ਵਾਸੀਆਂ ਅਤੇ ਪੰਚਾਇਤ ਨੁਮਾਇੰਦਿਆਂ ਦੋਸ਼ ਲਗਾਏ ਕਿ ਉਸ ਕਾਂਗਰਸੀ ਲੀਡਰ ਨੇ ਆਪਣੇ ਕੋਲ ਫੜੀ ਗੰਡਾਸੀ ਨਾਲ ਲਕੀਰ ਖਿੱਚ ਦਿੱਤੀ ਕਿ ਜਿਹੜਾ ਅੱਗੇ ਆਇਆ ਠੋਕ ਦੇਵਾਂਗਾ। ਜਦੋਂ ਸਰਪੰਚ ਸਮਝਾਉਣ ਲਈ ਅੱਗੇ ਵਧਿਆ ਤਾਂ ਥਾਣਾ ਸਿੰਘ ਨੇ ਪਹਿਲਾਂ ਗੰਡਾਸੀ ਨਾਲ ਹਮਲਾ ਕਰ ਦਿੱਤਾ ਅਤੇ ਫਿਰ ਪਿਸਤੌਲ ਕੱਢ ਕੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਚੱਲਦਿਆਂ ਕੁਝ ਤਾਂ ਪਿੱਛੇ ਭੱਜਦੇ ਦਿਸੇ ਪਰ ਕੁਝ ਲੋਕ ਇਸ ਤੋਂ ਇੰਨੇ ਦੁਖੀ ਸਨ ਕਿ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਥਾਣਾ ਸਿੰਘ ਤੋਂ ਪਿਸਤੌਲ ਫੜ ਕੇ ਉਸਦੀ ਕੁੱਟਮਾਰ ਕੀਤੀ। ਪਿੰਡ ਵਿੱਚ ਪੂਰੀ ਤਰ੍ਹਾਂ ਨਾਲ ਸਹਿਮ ਦਾ ਮਾਹੌਲ ਬਣ ਗਿਆ ਕਿ ਥਾਣਾ ਸਿੰਘ ਨੇ ਗੋਲੀਆਂ ਚਲਾ ਦਿੱਤੀਆਂ। ਅੱਛਾ, ਅੱਜ ਕੀ ਪਿੰਡ ਵਾਰਦਾਤ ਕੀ ਹੋਈ? ਮੈਂ ਦਾਦਾ ਜੀ, ਅਸੀਂ ਮੈਂ ਗਊਆਂ ਦੀ ਸੇਵਾ ਕਰਦੇ ਸੀ ਇੱਕ ਗਊਸ਼ਾਲਾ 'ਚ, ਅਤੇ ਉੱਥੇ ਅਸੀਂ ਨਾ ਬੈਠੇ ਸੀ, ਸਾਨੂੰ ਫੋਨ ਗਿਆ ਸਰਪੰਚ ਸਾਹਿਬ ਦਾ, ਮੈਂਬਰ ਸਾਹਿਬ ਦਾ, ਕਹਿੰਦੇ ਵੀ ਅੱਜ ਇਹਨੇ ਦੋ ਤਿੰਨ ਬੰਦੇ ਫੇਰ ਘੇਰ ਲਿਆ, ਇੱਕ ਵਾਰੀ ਘੇਰਦਾ ਹੁੰਦਾ ਸੀਗਾ ਜਾਂ ਕਿ ਸਬਜ਼ੀ ਵਾਲਾ ਘੇਰ ਲਿਆ ਕਿਤੇ ਕਿਹੜਾ, ਅੱਜ ਇਹਨੇ ਕੁਰਸੀ ਵਾਲਾ ਅਤੇ ਇੱਕ ਮੰਜੇ ਵਾਲਾ ਘੇਰ ਲਿਆ। ਅਸੀਂ ਉੱਥੇ ਜੀ ਅੱਜ ਸ਼ੁੱਕਰਵਾਰ ਗੱਲਾਂ ਕਹਿੰਦੇ ਹੁੰਦੇ, ਉੱਥੇ ਗੱਲਾਂ ਕਹਿੰਦੇ ਕਹਿੰਦੇ ਅਤੇ ਇੱਥੇ ਆ ਗਏ ਜੀ। ਜਦੋਂ ਇੱਥੇ ਆ ਗਏ ਇੱਥੇ ਇਕੱਠ ਬਹੁਤ ਜ਼ਿਆਦਾ ਸੀਗਾ, ਅਤੇ ਸਰਪੰਚ ਨੂੰ ਪਾਸੇ ਖੜ੍ਹੇ ਅਤੇ ਇਹ ਆਪਦੇ ਬਾਰ ਦੇ ਮੂਹਰੇ ਖੜ੍ਹਾ ਸੀ ਜੀ। ਸਰਪੰਚ ਨੂੰ ਨਾ ਕਹਿੰਦਾ ਜੀ ਇਹਨੇ ਗਲਾਸੀ ਲੈ ਲਈ ਆ ਜੀ, ਗਲਾਸੀ ਲੈ ਕੇ ਕਹਿੰਦਾ ਜੇ ਕੋਈ ਪਿਓ ਦਾ ਪੁੱਤ ਹੈ ਲੀਹ ਪਾਰ ਕਰਕੇ ਖਾਵੇ। ਅਸੀਂ ਸਾਰੇ ਪੰਚਾਇਤ ਕਹਿੰਦਾ ਪੰਚਾਇਤ ਮਰੀ ਹੈ, ਬਹੁਤ ਗਾਲ ਕੱਢੇ ਸਰਪੰਚ ਨੂੰ ਨੇ। ਕੌਣ ਬੰਦਾ ਕੌਣ ਹੈ ਜੀ? ਇਹ ਥਾਣਾ ਸਿੰਘ ਜੀ, ਸਾਨੂੰ ਭਾਗ ਸਿੰਘ, ਅਤੇ ਇਹ ਜਦੋਂ ਜੀ ਇਹ ਸਰਪੰਚ ਨੂੰ ਕਿਹਾ, ਮੈਂ ਸਰਪੰਚ ਨੂੰ ਕਿਹਾ ਚੱਲ ਤੂੰ ਮੇਰੇ ਨਾਲ ਤੌਰ, ਨਾਲ ਮੇਰੇ ਮੁੰਡਾ ਮੁੰਡਾ ਸੀਗਾ, ਇਹ ਮੈਨੂੰ ਕਿਹਾ ਵੀ ਮੈਂ ਨਾਲ ਤੌਰ। ਜਦੋਂ ਇਹ ਨਾਲ ਤੁਰਿਆ ਇਹਦੇ ਕੋਲ ਸੂਟੀ ਸੀਗੀ, ਇਹ ਦਰਦ ਦਾ ਲੱਤ 'ਚ ਇਹਦੇ ਕੋਲ ਸੂਟੀ ਸੀ ਅਤੇ ਸੂਟੀ ਲਈ ਜਾਂਦਾ ਨਾਲ ਤੁਰਿਆ ਜਾਂਦਾ ਸੀ। ਜਦੋਂ ਨਾ ਜੀ ਸਰਪੰਚ ਦੇ ਨੇ ਗਲਾਸੀ ਮਾਰੀ, ਇਹ ਮੁੰਡੇ ਨੇ ਮੂਹਰੇ ਹੋ ਗਿਆ, ਇਹਦੇ ਵੇਖੋ ਸਟਾਕ ਇਹ ਮੂਹਰੇ ਹੋ ਗਿਆ, ਇਹਨੇ ਰੋਕ ਲਈ ਸਰਪੰਚ ਦੇ ਇੱਥੇ ਵੱਜੀ। ਬਾਅਦ ਦੇ ਵਿੱਚ ਅਸੀਂ ਉਹਨੂੰ ਕਹਿੰਦੇ ਵੀ ਤੂੰ ਆਏ ਨਾ ਤਾਂ ਕਰ, ਫਿਰ ਇਹ ਮੁੰਡੇ ਕੋਲ ਹੀ ਫੈਰ ਕੱਢਤਾ ਜੀ, ਫਿਰ ਇੱਕ ਥੱਲੇ ਸੜਕ 'ਚ ਮਾਰਿਆ, ਫਿਰ ਇੱਕ ਫੈਰ ਕੱਢਿਆ, ਤਿੰਨ ਨੇ ਫੈਰ ਕੱਢੇ, ਫਿਰ ਜਿਹੜੇ ਮੁੰਡੇ ਸੀਗੇ ਉਹ ਜੋ ਫੈਰ ਕੱਢ ਸਰਪੰਚ ਦੇ ਮਾਰ ਲੱਗਿਆ, ਫਿਰ ਉਹਦਾ ਵੀ ਆਹ ਗੱਲ ਹੋਈ, ਆਹ ਬਾਤ ਹੋਈ। ਕਿਉਂ ਮਾਰੇ ਗਏ ਫੈਰ ਜੀ? ਕੀ ਕਰ? ਫਿਰ ਉਹ ਸਰਪੰਚ ਦੇ ਮਾਰਦਾ ਸੀ, ਸਰਪੰਚ ਨੂੰ ਕਹਿੰਦਾ ਮਾਰ ਦਿੰਦਾ, ਐਂ ਕਰਦਾ ਕੋਈ ਲਾਗਡਾਉਣ, ਜਿਹੜੇ ਕੁਰਸੀਆਂ ਵਾਲਾ ਤੇ ਮੰਜਿਆਂ ਨੂੰ ਛੜਾਉਂਦੇ ਸੀ, ਛੜਾਉਣ ਦੇ ਪਿੱਛੇ ਦੱਸਿਆ ਆਹ ਕੰਮ ਕੀਤਾ। ਮੰਜਿਆਂ ਨੂੰ ਕਿਉਂ ਕਹਿੰਦਾ ਜੀ ਤੰਗ ਕਰਦਾ? ਮੰਜਿਆਂ ਨੂੰ ਪਰਚੀ ਕੱਟਦਾ ਜੀ, 1100 ਕਿਦੋਂ 1100 ਕੀ ਕਹਿ ਕੇ ਪਰਚੀ ਕੱਟਦਾ ਜੀ? ਪਰਚੀ ਕਹਿੰਦਾ ਮੈਂ ਦੂਜਾ ਲੋਕਾਂ ਦਾ ਗਰੀਬ ਦਾ ਮਸੀਹ ਆ, ਐਵੇਂ ਗਿੱਦੜ ਪਰਚੀ ਕੋਈ ਲਈ ਫਿਰਦਾ, ਮੁੰਡਾ ਪਰਚੀ ਕੱਟਦਾ, ਲੀਡਰਸ਼ਿਪ ਨੂੰ ਪੈਸੇ ਦੇਣੇ, ਫਿਰ ਕਹਿੰਦਾ ਲੀਡਰਸ਼ਿਪ ਨੂੰ ਪੈਸੇ ਦੇਣਾ ਕਹਿੰਦਾ। ਥਾਣਾ ਸਿੰਘ, ਤੁਹਾਡੇ ਵੱਲੋਂ ਅੱਜ ਪਿੰਡ 'ਚ ਗੋਲੀ ਚਲਾਈ ਗਈ ਹੈ, ਕੀ ਮਾਮਲਾ ਰਿਹਾ ਸਰ? ਪਿੰਡ 'ਚ ਗੋਲੀ ਚਲਾਉਣ ਦਾ ਮਾਮਲਾ ਇਹ ਜੀ, ਪਿੰਡ ਦੇ ਵਿੱਚ ਜੋ ਕੋਈ ਵੀ ਗਲਤ ਕੰਮ ਹੁੰਦਾ, ਗਲਤ ਅਨਸਰਾਂ ਨੂੰ, ਚਿੱਟੇ ਵਾਲਿਆਂ ਨੂੰ, ਜੇ ਅੱਗੇ ਪਿੰਡ ਦੀ ਪਿਛਲੀ 21 ਜੂਨ ਨੂੰ ਚੋਰੀ ਹੋਈ ਸੀ, ਬਾਬੇ ਰੂਪ ਸਿੰਘ ਨੇ ਕੀਤੀ ਸੀ ਚੋਰੀ, ਉਹਦੇ ਸੰਬੰਧ ਦੇ ਵਿੱਚ ਮੈਂ ਚਾਗਾ ਚੱਕਿਆ ਸੀ, ਇਸ ਕਰਕੇ ਮੇਰੇ 'ਚ ਪਿੰਡ ਵਿਰੋਧ ਹੈ, ਵਿਰੋਧ ਕਰ ਰਿਹਾ ਕਿ ਵੀ ਤੂੰ ਬਾਬੇ ਚੋਰੀ ਉੱਤੇ ਪਰਚਾ ਦਰਜ ਕਿਉਂ ਕਰਾਇਆ? ਉਹ ਤੁਹਾਨੂੰ ਸਾਰੇ ਪੱਤਰਕਾਰਾਂ ਨੂੰ ਇਹ ਵੀ ਪਤਾ ਵੀ ਕਾਨੂੰਨ ਦੇ ਮੁਤਾਬਕ ਜਿਹੜੀ ਕਾਰਵਾਈ ਹੈ ਉਹ ਬਣਦੀ ਮੈਂ ਕਰਾਈ ਹੈ, ਉਹਦੇ ਵਿੱਚ ਮੈਂ ਮਦਈ ਹਾਂ ਜੀ, FA 60 ਥਾਣਾ ਸਦਰ ਮੋਗਾ ਵਿਖੇ ਦਰਜ ਹੈ ਜੀ। ਨਹੀਂ, ਤੁਸੀਂ ਜਿਹੜੇ ਪਿੰਡ 'ਚ ਲੋਕ ਆਉਂਦੇ ਆ ਰੇਹੜੀਆਂ ਵਾਲੇ, ਉਹਨਾਂ ਦੀ ਪਰਚੀ ਕੱਢਦੇ ਹੋ? ਮੈਂ ਉਹਨਾਂ ਦੀ ਪਰਚੀ, ਜਿਹੜੇ ਲਾਊਡ ਸਪੀਕਰ ਲਾਉਂਦੇ ਆ ਜੀ ਪਿੰਡ ਵਿੱਚ, ਲਾਊਡ ਸਪੀਕਰ ਵੱਡੇ ਵੱਡੇ ਸਪੀਕਰ ਲਾ ਕੇ ਲਾਉਂਦੇ ਆ, ਪਿੰਡ 'ਚ ਲਿਖ ਕੇ ਲਾਇਆ ਹੋਇਆ, ਗੁਰਦੁਆਰੇ ਬਾਬੇ ਪੰਜ ਵੀਰ ਕੋਲ ਲਾਇਆ, ਰਿਪਤਕਾਲੇ ਰਾਹ 'ਤੇ ਲਾਇਆ ਹੋਇਆ ਜੀ, ਸਾਰੇ ਮੋੜਾਂ 'ਤੇ ਲੈ ਕੇ ਲਾਇਆ ਜੀ, ਲਾਊਡ ਸਪੀਕਰ ਟਰੈਕਟਰਾਂ ਵਾਲੇ ਸਾਰੇ ਬੰਦ, ਅਤੇ 1100 ਜੁਰਮਾਨਾ ਕੀਤਾ ਜਾਊਗਾ, ਫਿਰ ਵੀ ਮੈਂ 100 ਰੁਪਇਆ ਪਰਚੀ ਕੱਟ ਕੇ ਤੁਹਾਨੂੰ ਵਾਰਨਿੰਗ ਦੇਣਾ ਵੀ ਅੱਗੇ ਤੋਂ ਭਾਈ ਤੁਸੀਂ ਗਰੀਬ ਬੰਦੇ ਆ ਅਤੇ ਤੁਸੀਂ ਪਿੰਡ ਦੇ ਵਿੱਚ ਜੇ ਆਉਣਾ ਤਾਂ ਸਪੀਕਰ ਨਹੀਂ। ਤੁਸੀਂ ਕਾਹਦੀਆਂ ਪਰਚੀਆਂ ਕੱਢਦੇ ਹੋ? ਮੈਂ ਡੇਰਾ ਬਾਬਾ ਜਿਹੜਾ ਜਿਹੜੀ ਪਰਚੀ ਕੱਢ ਰਿਹਾ ਜੀ, ਡੇਰਾ ਬਾਬਾ ਪੰਜ ਵੀਰ ਧੱਲੇਕੇ ਸ਼ਹੀਦੀ ਸਥਾਨ, ਕੱਢ ਰਹੇ ਹੋ ਅੱਜ ਉਹ ਕਹਿ ਰਹੇ 11 ਦੀ ਪਰਚੀ ਕੱਢ ਰਹੇ,
ਆਹ ਤੁਹਾਡੇ ਸਾਹਮਣੇ ਦੇਖਿਆ ਜੀ 100 ਰੁਪਏ ਦੀ ਪਰਚੀ ਕੱਟੀ ਹੈ, ਉਹ ਬੰਦੇ ਖੁਦ ਬੰਦੇ ਨੇ ਸਾਈਨ ਕੀਤੀ ਹੋਈ ਉੱਤੇ ਪਰਚੀ, ਉਹਨਾਂ ਕਹਿੰਦਾ 1100 ਦੀ ਪਰਚੀ ਕੱਟਦੇ ਹੋ, ਇਹਦਾ ਝੂਠਾ ਐਲੀਗੇਸ਼ਨ ਲਾਉਣ ਦਾ ਹੈ ਕਿ ਲਾ ਰਹੇ ਜੀ ਮੇਰੇ ਵਿਰੋਧੀ ਪਾਰਟੀ ਦਾ ਲਾਉਣਗੇ ਐਕਸ਼ਨ। ਨਹੀਂ ਤੁਸੀਂ ਹੁਣੇ ਕਿਹਾ ਨਾ ਵੀ 1100 ਰੁਪਏ ਚਲਾਨ ਕੱਟਦੇ ਜਿਹਨਾਂ ਸਪੀਕਰ ਦਾ, ਉਹ 1100 ਲਿਖ ਕੇ ਲਾਇਆ ਹੋਇਆ ਬੋਰਡ 'ਤੇ ਵੀ ਜਿਹੜੇ ਬੰਦੇ ਨੇ ਸਪੀਕਰ ਲਾਇਆ ਪਿੰਡ 'ਚ 1100 ਰੁਪਏ ਦੀ ਪਰਚੀ ਕੱਟੀ ਜਾਊਗੀ, ਫਿਰ ਵੀ ਮੈਂ 100 ਰੁਪਏ ਦੀ ਪਰਚੀ ਕੱਟ। ਅੱਜ ਕੀ ਹੋਇਆ ਜੀ? ਅੱਜ ਜਦੋਂ ਮੈਂ ਪਿੰਡ ਧੱਲੇ ਗਏ ਵੇਖਿਆ ਆਪਣੇ ਉੱਥੇ ਇੱਕ ਰਿਕਸ਼ਾ ਰੁਕਿਆ, ਆਟੋ ਰਿਕਸ਼ਾ, ਇੱਕ ਕੁਰਸੀਆਂ ਵਾਲਾ ਰੁਕਿਆ, ਦੋਨਾਂ ਦੇ ਸਪੀਕਰ ਲੱਗੇ, ਮੈਂ ਕਿਹਾ ਬਈ ਜੀ ਸਪੀਕਰ ਲਾ ਦਿਓ, ਇਹ ਪਿੰਡ ਦੇ ਵਿੱਚ ਲੈ ਕੇ ਲਾਇਆ ਤੁਹਾਡੇ ਮੂਹਰੇ ਹੱਥ ਬੰਨ ਕੇ ਬੇਨਤੀ ਹੈ, ਮੈਂ ਗਰੀਬਾਂ ਦਾ ਵਿਸ਼ਾ ਗਰੀਬਾਂ ਦੀ ਕਰਦਾ ਵਾ, ਅਤੇ 300-400 ਰੁਪਇਆ ਪਰਚੀ ਕਟਾਉਣ ਦੀ ਸਪੀਕਰ ਲਾ ਕੇ ਖੇੜਾ, ਅਤੇ ਜਿਹੜੀ ਮੈਂ 100 ਰੁਪਏ ਦੀ ਪਰਚੀ ਕਰਦਾ ਮੈਂ ਡੇਰੇ ਸ਼ਹੀਦੀ ਸਥਾਨ ਜੋਰਜ ਫੇਰੇ ਨੂੰ, ਉੱਥੇ ਮੈਂ ਦਾਨ ਵਜੋਂ ਸੇਵਾ ਕਰਦਾ, 400 ਸੇਵਾ ਕਰਦਾ। ਪਿੰਡ ਵਾਲਾ ਦਾ ਕਹਿਣਾ ਤੁਹਾਡੇ ਵੱਲੋਂ ਗੋਲੀ ਵੀ ਚਲਾਈ ਗਈ? ਪਿੰਡ ਜੀ ਜਦੋਂ ਮੈਨੂੰ ਪਿੰਡਾਂ ਨੇ ਆ ਕੇ ਢਾਲਿਆ, ਮੇਰੀ ਬੇਅਦਗੀ ਕੀਤੀ, ਮੇਰੀ ਪੱਗ ਉਤਾਰੀ ਗਈ, ਅਤੇ ਮੇਰੇ ਆਹ ਸਾਰੇ ਕੇਸ ਜੂੜੇ ਪੱਟੇ ਗਏ, ਸਿਰ ਦੇ ਵਿੱਚ ਸੱਟ ਲੱਗੀ, ਮੇਰੇ ਆ ਦੰਦ ਸਾਰੇ ਦੇਖੋ ਜੀ, ਸਾਰੇ ਦੰਦ ਪੁੱਟੇ ਗਏ, ਅਤੇ ਮੈਨੂੰ 15 ਬੰਦਿਆਂ ਨੇ ਆ ਕੇ ਢਾਲਿਆ ਵੀ ਮੈਂ ਫਾਇਲ ਨਾ ਕਰਾਂ, ਦੱਸੋ ਕੀ ਕਰਾਂ ਜੀ? ਆਪਣੀ ਬਚਾਅ ਵਾਸਤੇ ਮੈਂ ਫਾਇਲ ਕੀਤੀ। ਕਿੰਨੇ ਫਾਇਲ ਕੀਤੇ ਤੁਸੀਂ? ਮੈਂ 2 ਫਾਇਲ ਕੀਤੇ ਜੀ। ਅਤੇ ਕਿਸੇ ਪਾਰਟੀ ਨਾਲ ਵੀ ਸੰਬੰਧ ਹੋ ਜੀ? ਮੈਂ ਜੀ ਸੀਨੀਅਰ ਕਾਂਗਰਸੀ ਆਗੂ, ਮੇਰੇ ਘਰ ਵਾਲੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਕਾਂਗਰਸ ਦੀ ਆ, ਅਤੇ ਮੈਂ ਕਿਸੇ ਪਿੰਡ ਲੈਵਲ 'ਤੇ ਕਿਸੇ ਪਾਰਟੀ ਵਾਲੀ, ਮੈਂ ਗਰੀਬਾਂ ਦਾ ਮਸੀਹਾ ਵਜੋਂ ਜਾਣਾ ਚਾਹੁੰਦਾ, ਤੁਹਾਨੂੰ ਆਮ ਲੋਕਾਂ ਨੂੰ ਪਤਾ ਹੀ ਮੈਂ ਗਰੀਬਾਂ ਦੇ ਮਸੀਹ ਵਜੋਂ ਕੰਮ। ਫਿਰ ਪਿੰਡ ਵਾਲੇ ਕਿਉਂ ਵਿਰੋਧ ਕਰਦੇ ਜੀ ਤੁਹਾਡਾ? ਪਿੰਡ ਵਾਲੇ ਵਿਰੋਧ ਜਿੱਥੇ ਚਿੱਟੇ ਆਲੂ ਮੈਂ ਰੋਕਦਾ, ਚਿੱਟੇ ਵਾਲੇ ਮੈਨੂੰ ਪੈਂਦੇ ਆ ਜੀ, ਜਿਹੜੇ ਦਾਰੂ ਗੰਦੀ ਦਾਰੂ ਵੇਚਦੇ ਉਹ ਮੈਨੂੰ ਪੈਂਦੇ ਆ ਜੀ, ਜਿਹੜੀ ਪਹਿਲਾਂ ਚੋਰੀ ਹੋਈ ਸੀ ਉਹ ਤਾਂ ਹੁਣ 10 ਦਿਨ ਹੋ ਗਏ, ਇੱਕ ਚੋਰੀ ਹੋਰ ਹੋਈ ਹੈ, ਉਹ ਮਾਮਲਾ MLA ਦੇ ਧਿਆਨ ਦੇ ਵਿੱਚ ਵੀ ਪੰਚਾਇਤ ਨੇ ਲੈ ਕੇ ਆਉਂਦਾ। ਬੂਟਾ ਸਿੰਘ ਨੰਬਰਦਾਰ ਨੂੰ ਤੁਸੀਂ ਪੁੱਛ ਸਕਦੇ ਹਾਂ, ਹਾਕਮ ਸਿੰਘ ਮੈਂਬਰ ਨੂੰ ਪੰਚਾਇਤ ਨੂੰ ਪੁੱਛ ਸਕਦੇ ਹਾਂ, ਹਾਕਮ ਸਿੰਘ ਜਿਹੜਾ ਸੈਕਟਰੀ ਆ ਗੁਰਦੁਆਰੇ ਦਾ ਜਿਹੜਾ ਬਣਿਆ ਉਹਨੂੰ ਪੁੱਛ ਸਕਦੇ ਹਾਂ, ਜਿਹੜਾ ਸੈਕਟਰੀ ਹੈ ਉਹ ਮੇਰੇ ਕੋਲ ਐਪਲੀਕੇਸ਼ਨ ਦੇ ਗਿਆ, ਉਹ ਮੈਂ ਤੁਹਾਨੂੰ। ਪਿੰਡ ਵਿੱਚ ਮੰਜੇ ਵੇਚਣ ਆਏ ਮਨਜੀਤ ਸਿੰਘ ਨੇ ਦੱਸਿਆ। ਮਾਮਲਾ ਮਨਮੀਤ ਜੀ ਕੀ ਹੋਇਆ ਜੀ? ਮੈਂ ਜੀ ਪਿੰਡ ਦੇ ਵਿੱਚ ਮੰਜੇ ਵੇਚਣ ਆਇਆ ਵਾਂ, ਡੈੱਕ ਲਾਇਆ, ਮੈਨੂੰ ਇਹਨੇ ਆਵਾਜ਼ ਮਾਰੀ, ਇਹ ਬੂਟੇ ਹੀ ਲਵਾਉਂਦਾ ਪਿਆ ਸੀ, ਮੈਂ ਬਾਈ ਸਤਿ ਸ਼੍ਰੀ ਅਕਾਲ ਜਦੋਂ ਬੋਲਿਆ ਕੋਲ, ਮੈਂ ਕੋਈ ਗੱਲ ਨਹੀਂ, ਮੈਂ ਸ਼ਾਇਦ ਮੰਜੇ ਲੈਣੇ, ਅੱਗੇ ਮੈਂ ਘਰੇ ਮੰਜੇ ਦੇਖ ਗਿਆ, ਮੈਂ ਸਾਈਡ ਤੋਂ ਲੈ ਲਾ, ਮੈਨੂੰ ਕਹਿੰਦਾ ਆਪਣਾ ਤੂੰ ਆਧਾਰ ਕਾਰਡ ਹੈਗਾ, ਮੈਂ ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਹੈਗਾ, ਫੋਟੋ ਕਾਪੀ ਕਰਾ ਕੇ ਲਿਆ ਸਾਮ ਦੁਕਾਨ ਤੋਂ, ਮੈਂ ਫੋਟੋ ਕਾਪੀ ਕਰਾ ਕੇ ਲਿਆ ਦੁਕਾਨ ਤੋਂ, ਇੱਕ ਜੀ ਕਹਿੰਦੇ ਤਾਂ ਸਾਈਨ ਕਰਦੇ, ਇੱਕ ਕੂਰੇ ਕਹਿੰਦੇ ਸਾਈਨ ਕਰਦੇ, ਮੈਨੂੰ ਕਹਿੰਦਾ ਇਹ ਕੌਣ ਹੈ, ਕੌਣ ਸੀ, ਕੀ ਨਾਂ ਬੰਦੇ ਦਾ, ਕਿੱਥੋਂ ਦੀ ਵਾਰਦਾਤ ਹੈ ਇਹ? ਧੱਲੇ ਕੇ ਪਿੰਡ ਦੀ ਵਾਰਦਾਤ ਹੈ ਜੀ, ਕਾਂਗਰਸ ਆਪਣਾ ਘੁਮਾਉਂਦਾ ਜੀ ਉਹ। ਕੀ ਨਾਂ ਕੀ ਹੁੰਦਾ? ਥਾਣਾ ਸਿੰਘ ਨਾਮ ਹੁੰਦਾ ਜੀ ਬੰਦੇ ਦਾ ਉਹ। ਅੱਛਾ ਜੀ, ਕਿਉਂ ਪਰਚੀ ਕਿਉਂ ਕੱਟੀ? ਮੈਨੂੰ ਕਹਿੰਦੇ ਵੀ ਸਾਡੇ ਪਿੰਡ ਦੇ ਵਿੱਚ ਸ਼ਹੀਦਾਂ ਸਿੰਘ ਜਗ੍ਹਾ ਬਣੀ ਹੋਈ ਆ ਜੀ, ਪਰਚੀ ਉੱਥੇ ਲਾਉਂਦੇ ਹਾਂ। ਮੈਂ ਕਿਹਾ ਜੇ ਪਰਚੀ ਉੱਤੇ ਲਾਉਂਦੇ ਉਹਦਾ ਕੋਈ ਹਿਸਾਬ ਹੁੰਦਾ ਪਰਚੀ ਕੱਟਣ ਦਾ? ਕਈ ਸ਼ਰਧਾ ਹੁੰਦੀ, ਥੋੜਾ ਪੱਕੇ ਨੂੰ ਫੜ ਕੇ ਆਪਾਂ ਸਮਾਨ ਲਾਉਣਾ ਕਿਵੇਂ ਲਾ ਲਓ? ਕਹਿੰਦੇ ਵੀ 1100 ਰੁਪਈਆ ਦੇ ਦੇ ਜਾਂ ਆਪਣਾ ਸਪੀਕਰ ਲਾ ਕੇ ਦੇ ਦੇ। ਮੈਂ ਕਿਹਾ ਨਾ ਮੇਰੇ ਕੋਲ 1100 ਰੁਪਈਆ ਹੈਗਾ, ਨਾ ਮੈਂ ਜੇ ਬਕਸਾ ਤੁਹਾਨੂੰ ਦੇਤਾ, ਮੈਂ ਮੰਜੇ ਕਿੱਥੋਂ ਵੇਚੂ? ਤਾਂ ਗਰੀਬ ਬੰਦਾ ਹਾਂ, 8-8.5 ਦਾ ਮੈਂ ਖੜਾ ਹੋਇਆ। ਤੁਸੀਂ ਤੁਰ ਫਿਰ ਕੇ ਵੇਚਦੇ ਹੋ? ਹਾਂਜੀ, ਤੁਰ ਫਿਰ ਕੇ ਵੇਚਦੇ ਜੀ ਮੈਂ। ਅੱਛਾ, ਫਿਰ ਕੀ ਹੋਇਆ? ਫਿਰ ਉਸ ਤੋਂ ਬਾਅਦ ਖੜੇ ਰਹੇ, ਕਿੰਨਾ ਚਿਰ ਖੜੇ ਰਹੇ, ਮੁੜ ਕੇ ਹੌਲੀ ਹੌਲੀ ਸਰਪੰਚ ਸਾਹਿਬ ਆ ਕੇ ਸਾਰੀ ਗੱਲਬਾਤ ਹੋ ਗਈ ਆ, ਮੁੜ ਕੇ ਜੋ ਮਰਜ਼ੀ ਤੂੰ ਕਰਨਾ ਕਰਨਾ, ਮੇਰੇ ਉੱਪਰ ਤੱਕ ਪਹੁੰਚ ਆ। ਮੈਂ ਕਿਹਾ ਗਰੀਬ ਬੰਦਾ ਮੈਂ ਕੀ ਕਰਨਾ ਹੈਗਾ, ਨਾ ਮੈਂ ਪਿੰਡ 'ਚ ਜਾਣਦਾ, ਠੀਕ ਹੈ, ਜਿੰਨਾ ਘਰੇ ਮੰਜੇ ਉੱਤੇ ਬਾਲੀ ਕਰਾਂ ਉਹਨਾਂ ਮੈਂ ਲੈਣਾ ਵਾ, ਵੀ ਇਹ ਬੰਦਾ ਕਿਵੇਂ ਦੇ ਨੇ, ਕਹਿੰਦਾ ਸਾਡੇ ਪਿੰਡ ਜਵਾਬ ਚੱਕਣਾ ਦੇ ਉਹ ਆਉਂਦੇ ਆ। ਮੈਂ ਕਿਹਾ ਅਸੀਂ ਐਵੇਂ ਦੇ ਬੰਦੇ ਹੈਗੇ ਹਾਂ, ਕਾਰੋਬਾਰ ਵਾਲੇ ਬੰਦੇ ਆ, ਇੱਥੋਂ ਡਰਾ ਧਮਕਾ ਕੇ ਪੈਸੇ ਮੰਗਦਾ ਜੀ? ਮੈਂ ਕਿਹਾ ਮੰਜੇ ਪਏ ਆ, ਸਾਡੇ ਮੰਜੇ ਪਏ ਹੋਏ, ਅਸੀਂ ਇਹੀ ਮੰਜੇ ਤੁਹਾਡੇ ਘਰਾਂ ਦੇਖਦੇ ਹੋਏ ਆ। ਛੱਡਾ, ਕਿੰਨੀ ਦੇਰ ਤੋਂ ਤੁਸੀਂ ਇਹ ਪਿੰਡ ਜਾ ਰਹੇ ਹੋ, ਕਿੰਨੀ ਦੇਰ ਤੋਂ? ਮੈਨੂੰ ਘੱਟੋ ਘੱਟ 20 ਸਾਲ ਹੋ ਗਏ ਤੁਹਾਡੇ ਪਿੰਡਾਂ 'ਚ ਆਉਂਦੇ ਨੂੰ। ਹੋਇਆ ਕੀ ਆ ਜਦੋਂ ਤੁਸੀਂ ਪਰਚੀ ਦੇਣ ਤੋਂ ਮਨਾ ਕਰਤਾ? ਹੋਇਆ ਕਿ ਬਸ ਮੈਨੂੰ ਕਹਿੰਦੇ ਤੂੰ ਬਕਵਾਸ ਨਾਲ ਬਾਹਲੀ ਕਰ। ਮੈਂ ਕਿਹਾ ਵੀ ਬਕਵਾਸ ਅਸੀਂ ਕਰੀ ਕਰ, ਤੁਹਾਨੂੰ ਅਸੀਂ ਮਰੰਤ ਨਾਲ ਗੱਲ ਕਰਦੇ ਹਾਂ, ਅਸੀਂ ਨਹੀਂ ਕਹਿੰਦਾ ਉੱਪਰ ਬੋਰਡ ਦੇ ਲੱਪੜਾ ਕੀ ਆ। ਮੈਂ ਕਿਹਾ ਠੀਕ ਆ, ਕਾਂਗਰਸ ਦੇ ਲੀਡਰ ਆ, ਪਰ ਇਹ ਥੋੜ੍ਹਾ ਵੀ ਕਿਸੇ ਗਰੀਬ ਨਾਲ ਧੱਕਾ ਕਰਨਾ ਚਾਹੀਦਾ, ਠੀਕ ਹੈ ਜੀ? ਇੰਨੀ ਗੱਲ ਹੋਈ ਆ, ਬਸ ਮੈਂ ਖੜਾ ਰਹਿ ਫਿਰ ਮੈਨੂੰ ਗੋਹ ਹੋਇਆ ਭਾਜਾ, ਮੈਂ ਚੱਲਿਆ ਜੀ, ਮੇਰੀ ਚਾਬੀ ਨੇ ਗੱਡੀ 'ਚ ਕੱਢ ਲਈ ਜੀ, ਗੱਡੀ ਕੱਢ ਲਈ, ਜਦੋਂ ਸਰਪੰਚ ਸਾਹਿਬ ਆ ਗਏ ਸਾਰੇ ਬੰਦੇ ਉੱਥੇ ਆ ਗਏ ਜੀ। ਆ ਗੱਲ ਫੈਰ ਵੀ ਚੱਲਿਆ ਇੱਥੇ ਕੋਈ? ਫੈਰ ਚੱਲੇ, 2 ਚੱਲੇ ਜੀ। ਉਹ ਕਿਉਂ ਚਲਾਏ, ਕਿਉਂ ਨੇ? ਇਹ ਬਸ ਇਹੀ ਬਦਮਾਸ਼ੀ ਟੈਪ ਲਾ ਲਓ ਜੀ, ਕਿਸਤਾਨ ਲਾ ਲਓ ਜੀ, ਉਹ ਗੱਲ ਕਿਹਨੇ ਚਲਾਏ ਗਏ? ਇਹਨੇ ਚਲਾਏ ਜੀ, ਥਾਣਾ ਸਿੰਘ ਨੇ ਚਲਾਏ। ਅੱਗੇ ਤੋਂ ਅੱਜ ਇੱਕ ਫੋਨ ਆਇਆ ਸੀ ਸਵਾ ਸਾਡੇ ਕੋਲ,
ਤੇ ਮੌਕੇ ਤੇ ਪਹੁੰਚੇ ਆ। ਫੋਨ ਦੇ ਵਿੱਚ ਕਿਹਾ ਸੀ ਵੀ ਪਿੰਡ ਦੇ ਵਿੱਚ ਕੋਈ ਜਿਹੜੇ ਫੇਰੀ ਵਾਲੇ ਆਉਂਦੇ ਆ, ਕੋਈ ਮੰਜਾ ਵੇਚਣ ਵਾਲੇ ਜਾਂ ਹੋਰ ਕੋਈ ਸੇਲ ਕਰਨ ਵਾਸਤੇ ਆਉਂਦੇ ਫੇਰੀ ਵਾਸਤੇ, ਤੇ ਉਹਨਾਂ ਦੀਆਂ ਪਰਚੀਆਂ ਕੱਢੀਆਂ ਜਾਂਦੀਆਂ। ਮੌਕੇ ਤੇ ਮੈਂ ਪਹੁੰਚਿਆ ਸਵੇਤ ਪਾਰਟੀ ਦੇ, ਵੈਰੀਫਾਈ ਕਰ ਰਹੇ ਹਾਂ ਜੋ ਗੱਲ ਸਾਹਮਣੇ ਆਊਗੀ ਕਾਰਵਾਈ ਕਰਦੇ ਹਾਂ। ਪਰਚੇ ਨੂੰ ਲੈ ਕੇ ਕੀ ਗੱਲਬਾਤ ਕੀ ਹੋਈ ਹੈ ਜੀ? ਕੋਈ ਇਹਨਾਂ ਦਾ ਦੱਸ ਰਹੇ ਆ, ਹਜੇ ਕਲੀਅਰ ਨਹੀਂ ਕਰ ਰਹੇ ਵੀ ਕੋਈ ਇੱਥੇ ਫਾਇਰ ਫੂਡ ਵੀ ਹੋਇਆ ਇੱਦਾਂ ਦਾ, ਫਿਰ ਵੀ ਉਹਨੂੰ ਪਾਰਟਸ ਆਫ ਇਨਵੈਸਟੀਗੇਸ਼ਨ ਆ, ਜੋ ਗੱਲ ਸਾਹਮਣੇ ਆਊਗੀ ਕਾਰਵਾਈ ਕਰਾਂਗੇ। ਕਿੰਨੇ ਕੁ ਫਾਇਰ ਚੱਲੇ ਨੇ ਕੋਈ ਦੱਸਿਆ ਜੀ ਪਿੰਡ ਵਾਲੇ? ਪਿੰਡ ਵਾਲੇ ਤਾਂ ਕਹਿ ਰਹੇ ਆ ਵੀ ਇੱਕ ਫਾਇਰ ਜਾਂ ਇੱਕ ਫਾਇਰ ਹੋਇਆ, ਜੋ ਐਵੀਡੈਂਸ ਹੈ ਉਹਨਾਂ ਨੇ ਆਪਦੀ ਵੀਡੀਓ ਵੀ ਬਣਾਈ ਆ, ਪਰ ਫਿਰ ਵੀ ਇਹਨੂੰ ਵੈਰੀਫਾਈ ਕਰ ਰਹੇ ਆ ਪਾਰਟਸ ਆਫ ਇਨਵੈਸਟੀਗੇਸ਼ਨ ਆ, ਜੋ ਗੱਲ ਸਾਹਮਣੇ ਆਉਂਦੀ ਕਾਰਵਾਈ ਕਰਾਂਗੇ। ਪਾਰਟੀ ਬਾਰੇ ਵੀ ਦੱਸਿਆ ਜਾ ਰਿਹਾ ਕੋਈ ਪਾਰਟੀ ਨਾਲ ਕੋਈ ਸੰਬੰਧਿਤ ਕਾਂਗਰਸੀ ਆਗੂ ਦੱਸਿਆ ਜਾ ਰਿਹਾ? ਕੋਈ ਅਜੇ ਕਲੀਅਰ ਨਹੀਂ ਗੱਲ ਕਰ ਰਹੇ ਆ, ਵੈਸੇ ਕਲੀਅਰ ਨਹੀਂ ਹੈਗਾ। ਪਰਚੀਆਂ ਕੌਣ ਕੱਟ ਰਿਹਾ ਸੀ, ਕਾਹਦੀਆਂ ਪਰਚੀਆਂ ਕੱਟ ਰਹੇ? ਥਾਣਾ ਸਿੰਘ ਜੌਹਲ ਆ ਜੀ, ਉਹਦਾ ਕਹਿ ਬਲੇਮ ਲਾ ਰਹੇ ਆ, ਵੈਰੀਫਾਈ ਕਰ ਰਹੇ ਆ। ਸਰ ਕੋਈ ਸੀਸੀਟੀਵੀ ਵੀ ਆਈ ਹੈ ਜੀ ਸਾਹਮਣੇ ਕਦੇ? ਉਹ ਡੀਵੀਆਰ ਨੂੰ ਅਸੀਂ ਇੱਕ ਵਾਰੀ ਕਬਜ਼ੇ 'ਚ ਲੈ ਲਿਆ, ਜੋ ਗੱਲ ਸਾਹਮਣੇ ਆਊਗੀ ਕਾਰਵਾਈ ਕਰਾਂਗੇ। ਅਤੇ ਪਰਚੀਆਂ ਵੀ ਮਿਲੀਆਂ ਜਿਹੜੀਆਂ ਕੱਟੀਆਂ ਜਾ ਰਹੀਆਂ ਸੀਗੀਆਂ ਤੁਹਾਨੂੰ? ਪਾਰਟਸ ਆਫ ਇਨਵੈਸਟੀਗੇਸ਼ਨ ਆ, ਉਹਦੇ ਵਿੱਚ ਲਵਾਂਗੇ ਜਿਹੜੀ ਪਰਚੀ ਸਾਨੂੰ ਕੁਛ ਐਵੀਡੈਂਸ ਚਾਹੂਗੀ ਉਹ ਨਾਲ ਲਾਵਾਂਗੇ। ਆਵਾਜ਼ ਕਾਮ ਟੀਵੀ ਲਈ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ।